ਬਰਸ ਤਨਾ ਮੇਰਾ ਮਨ ਪੀਂਦਾ, ਮੇਰਾ ਮਨ ਭਿੱਜੇ ਤੇ ਮੀਂਹ ਪਵੇ, ਆਨੰਦ ਬਣ ਜਾਏ। ਸ਼ਬਦ ਵਿਚਾਰ ਆਪਾਂ ਪਹਿਲਾਂ ਕਰਦੇ ਹਾਂ, ਮੀਂਹ ਪਵੇ। ਅੱਜ ਦਿਨੇ ਅਸੀਂ ਗੱਲ ਕਰਦੇ ਸਾਂ, ਕੋਈ ਬੰਦਾ ਆਖੇ ਵੀ ਕਿਤਾਬ ਨਹੀਂ ਕੋਈ ਪੜ੍ਹਨੀ, ਇੱਕ ਟਾਈਮ ਹੈ ਕਿਤਾਬਾਂ ਦੀ ਲੋੜ ਪੈਂਦੀ ਹੈ, ਆਲੇ ਦੁਆਲੇ ਆਹ ਵੀ ਪੜ੍ਹੀਏ ਆਹ ਵੀ ਪੜ੍ਹੀਏ। ਮੈਂ ਲਾਇਬ੍ਰੇਰੀ ਮੇਰੀ ਬਹੁਤ ਵੱਡੀ ਹੈ, ਕਿਤਾਬਾਂ ਬਹੁਤ ਪੜ੍ਹੀਆਂ ਪਹਿਲਾਂ। ਹੁਣ ਅੱਜ ਕੋਈ ਬੰਦਾ ਆਖੇ ਜੀ ਕੋਈ ਕਿਤਾਬ ਨਹੀਂ ਪੜ੍ਹਨੀ, ਤੇ ਆਪਾਂ ਕਹਾਂਗੇ ਨਹੀਂ ਤੇ ਨਾ ਸੀ, ਮਤਲਬ ਤੂੰ ਟੂਟੀ ਬੰਦ ਕਰ ਦੇਗਾ ਵੀ ਇਹ ਟੂਟੀ ਤੋਂ ਪਾਣੀ ਨਾ ਭਰੋ। ਪਰ ਸਾਡੀ ਸਾਂਝ ਤੇ ਝਰਨਿਆਂ ਨਾਲ ਹੈ ਜਿਹੜੇ ਹਰ ਥਾਂ ਹਰ ਵੇਲੇ ਵਗਦੇ ਆ, ਉਹ ਤੇ ਝਰਨੇ ਵਗ ਰਹੇ, ਮੀਂਹ ਪੈ ਰਿਹਾ, ਜਿੰਨਾ ਮਰਜ਼ੀ ਛੱਕ ਲਈ। ਮਤਲਬ ਜਿਹੜੀ ਚੀਜ਼ ਵੱਲ ਵੇਖਾਂਗੇ, ਜਿੱਧਰ ਨੂੰ ਵੇਖਾਂਗੇ, ਹਰ ਚੀਜ਼ ਹੀ ਸਾਨੂੰ ਸਿਖਾਏਗੀ। ਤੇਰੀਆਂ ਕਿਤਾਬਾਂ ਤੋਂ ਕੀ ਪੜ੍ਹ ਸਮਝਣਾ ਸੀ। ਮਤਲਬ ਮੈਂ ਆਪਣੀ ਗੱਲ ਕਰਦਾ, ਇਹ ਸੱਚ ਹੈ, 2 ਸਾਲ ਹੋ ਗਏ ਮੈਂ ਕੋਈ ਪੂਰੀ ਕਿਤਾਬ ਨਹੀਂ ਪੜ੍ਹ ਕੇ ਵੇਖੀ ਹੋਣੀ, ਵਿੱਚੋਂ ਵਿੱਚੋਂ ਕਦੇ ਕਦੇ ਕੋਈ ਕੋਈ ਵੇਖੀ ਹੋਣੀ ਹੈ, ਨਹੀਂ ਤੇ ਨਾ ਇੰਨਾ ਟਾਈਮ ਲੱਗਦਾ। ਤੇ ਕਈ ਗੱਲਾਂ ਜਿਹੜੀਆਂ ਉਸੇ ਰੱਬ ਨੂੰ ਮੰਨਦੀਆਂ ਨੇ, ਸਾਰਾ ਲਿਟਰੇਚਰ ਸਾਡਾ ਉਸੇ ਨੂੰ ਮੰਨਦਾ, ਪੁਜਾਰੀ ਦੇ ਵਿਹੜੇ 'ਚ ਜਾ ਵੜਦਾ, ਟਕਸਾਲ ਦੇ ਪੈਰਾਂ 'ਚ ਜਾ ਵੜਦਾ, ਲਿਟਰੇਚਰ ਸਾਡਾ ਹੈ ਹੀ ਇੱਦਾਂ ਦਾ ਬਣਿਆ ਛਪਿਆ। ਪ੍ਰੋਫੈਸਰ ਸਾਹਿਬ ਸਿੰਘ ਹੋਣਾ ਦੇ ਅਰਥ ਕਾਫੀ ਹੱਦ ਤੱਕ ਸਮਝ ਆਉਂਦੇ ਆ, ਆਪਾਂ ਰੱਬ ਉੱਧਰ ਨੂੰ ਸਮਝਦੇ ਹਾਂ ਫੈਲਿਆ ਹੋਇਆ, ਇੱਧਰ ਨੂੰ ਸਮਰਪਿਤ ਕਰ ਦਈਦਾ, ਪਰ ਵੇਖ ਲਈਦੇ ਆ। ਪਰ ਹੁਣ ਅੱਜ ਕੋਈ ਬੰਦਾ ਕਹੇ ਜੀ ਕੋਈ ਕਿਤਾਬ ਨਹੀਂ ਪੜ੍ਹਨੀ ਤੇ ਟੂਟੀ ਬੰਦ ਕੀਤੀ ਹੈ, ਉਹ ਤੇ ਵਗਦਾ ਹਰ ਵੇਲੇ ਹਰ ਥਾਂ ਹਰ ਸਮੇਂ, ਸਤਿਗੁਰ ਮੇਰਾ ਸਦਾ ਸਦਾ, ਇਹ ਹੈ ਨਹੀਂ ਕਿਤੇ ਵੀ ਉਹ ਮਥਾਜ ਹੈ, ਉਹ ਕਿਸੇ ਦੀ ਕਿਤਾਬ ਦਾ ਕਿਸੇ ਨੇ ਲਿਖੀ ਹੈ ਰਾਈਟਰ ਨੇ ਉਹਦੇ ਵਿੱਚ ਬੰਨਿਆ ਗਿਆ ਕਿਤੇ ਨਹੀਂ, ਉਹ ਤੇ ਸਦਾ ਸਦਾ ਹਰ ਵੇਲੇ ਹਰ ਥਾਂ ਹਰ ਜਗ੍ਹਾ ਗੁਰ ਪਰਮੇਸ਼ਰ ਇੱਕੋ ਜਾਨ, ਜੇ ਪਰਮੇਸ਼ਰ ਹਰ ਜਗ੍ਹਾ ਹੈ ਤੇ ਗਿਆਨ ਵੀ ਹਰ ਜਗ੍ਹਾ ਹੈ, ਤੇ ਸਤਿਗੁਰੂ ਜੀ ਨੇ ਸਾਨੂੰ ਇਹੋ ਹੀ ਇਸ਼ਾਰਾ ਕੀਤਾ। ਉਹਨਾਂ ਝਰਨਿਆਂ ਤੋਂ ਪਾਣੀ ਪੀਓ ਜਿਹੜੇ ਹਰ ਵੇਲੇ ਵਗਦੇ ਨੇ, ਜਿਹੜੇ ਆਟੋਮੈਟਿਕ ਵਗਦੇ ਨੇ, ਜਿਹੜੇ ਵਗਾਇਆਂ ਤੇ ਨਹੀਂ ਵਗਦੇ, ਬੜੇ ਬੋਰ ਨੇ ਜਿਹੜੇ ਚਲਾਏ ਜਾਂਦੇ ਨੇ, ਕਨੈਕਸ਼ਨ ਦਿੱਤਾ ਜਾਂਦਾ, ਬਿਜਲੀ ਦਿੱਤੀ ਜਾਂਦੀ, ਵਾਇਰ ਲੱਗਦੀ ਹੈ, ਸਭ ਕੁਝ ਲੱਗਦਾ, ਟੂਟੀਆਂ ਲੱਗਦੀਆਂ, ਟੈਂਕੀਆਂ ਲੱਗਦੀਆਂ, ਪਰ ਕੁਝ ਝਰਨੇ ਨੇ ਜਿਹੜੇ ਕੁਦਰਤ ਦੇ ਵਗਾਏ ਹੋਏ ਨੇ, ਆਪਣੇ ਆਪ ਵਗਦੇ ਨੇ। ਤੇ ਗੁਰੂ ਸਾਹਿਬ ਦਾ ਇਸ਼ਾਰਾ, ਗੁਰਬਾਣੀ ਦਾ ਇਸ਼ਾਰਾ, ਗੁਰੂ ਗ੍ਰੰਥ ਸਾਹਿਬ ਦਾ ਇਸ਼ਾਰਾ ਉਹਨਾਂ ਝਰਨਿਆਂ ਵੱਲ ਹੈ ਜਿਹੜੇ ਆਪਣੇ ਆਪ ਵਗਦੇ ਨੇ, ਉਹ ਵਗ ਰਹੇ ਆ, ਉਹ ਆਨੰਦ ਲਓ, ਪੀ ਲਓ। ਵਿਖੇ ਬੰਨ ਫੀਕਾ ਤਿਆਗ ਰੀ ਸਖੀਏ, ਨਾਮ ਮਹਾਰਸ ਪੀਓ, ਬੰਨਿਆ ਨਹੀਂ ਜਾ ਸਕਦਾ, ਸਤਿਗੁਰੂ ਨੂੰ ਕੈਦ ਨਹੀਂ ਕੀਤਾ ਜਾ ਸਕਦਾ, ਉਹਦਾ ਬੜਾ ਵੱਡਾ ਦਾਇਰਾ ਹੈ, ਛੋਟਾ ਨਹੀਂ। ਸਮੁੰਦਰ ਨੂੰ ਤੁਸੀਂ ਛੋਟਾ ਜਿਹਾ ਨਹੀਂ ਕਹਿ ਸਕਦੇ, ਉਹ ਤੇ ਬੜਾ ਵੱਡਾ ਹੈ। ਤਾਂ ਕਰਕੇ ਸਮੁੱਚੀਆਂ ਕਿਤਾਬਾਂ ਉਸੇ ਇੱਕ ਦਾ ਰੂਪ ਹੈ, ਉਹਦਾ ਹੀ ਗਿਆਨ ਹੈ। ਪਰ ਜੇ ਕਹੀਏ ਨਾ ਵੀ ਜਿੱਥੋਂ ਮਰਜ਼ੀ ਸਮਝਣਾ ਵੇਖਣਾ ਚਾਹੀਏ ਤੇ ਵੇਖ ਸਕਦੇ ਹਾਂ, ਸਮਝ ਸਕਦੇ ਹਾਂ। ਚੇਤਾ ਰੱਖਿਓ, ਸਾਡੀਆਂ ਕਿਤਾਬਾਂ ਜੈਪਨੀਜ਼ ਲੋਕਾਂ ਨੇ ਨਹੀਂ ਪੜ੍ਹੀਆਂ, ਉਹਨਾਂ ਦੀਆਂ ਅਸੀਂ ਨਹੀਂ ਪੜ੍ਹੀਆਂ, ਇੰਡੀਆ ਵਾਲਿਆਂ, ਅਮਰੀਕਾ ਵਾਲਿਆਂ ਨੇ, ਇੰਗਲੈਂਡ ਵਾਲਿਆਂ ਨੇ ਨਹੀਂ ਪੜ੍ਹੀਆਂ, ਇੰਗਲੈਂਡ ਵਾਲਿਆਂ ਨੇ, ਆਸਟ੍ਰੇਲੀਆ ਵਾਲਿਆਂ ਨੇ ਨਹੀਂ ਪੜ੍ਹੀਆਂ, ਪਰ ਤਰੱਕੀਆਂ ਤੇ ਹੋ ਰਹੀਆਂ, ਅੱਗੇ ਗਏ, ਬੜੀ ਦੂਰ ਤੱਕ ਪਹੁੰਚੇ ਆ ਅਗਲੇ। ਉਹਦਾ ਅਰਥ ਹੀ ਇਹ ਹੈ ਵੀ ਸਮੁੱਚਾ ਹੈ ਨਾ ਜਿਹੜਾ, ਸਮੁੱਚਾ ਉਹ ਹਰ ਥਾਂ ਹਰ ਜਗ੍ਹਾ, ਇੰਟਰਨੈਟ ਨਹੀਂ ਜਿੱਦਾਂ ਉਹ ਜਿਵੇਂ ਉਹਨਾਂ ਦਿਸਦਾ ਕਿਤੇ, ਇਹ ਨੈਟ ਜਿਹੜਾ ਨੈਟ ਉਹਦੀ ਰੇਂਜ ਆਉਂਦੀ ਹੈ, ਬਸ ਤੁਸੀਂ ਆਪਣਾ ਫੋਨ ਤਿਆਰ ਕਰ ਲਓ ਸਹੀ ਹੋਵੇ, ਉਹ ਗਿਆਨ ਦੀ ਰੇਂਜ ਹਰ ਥਾਂ ਤੇ ਆਉਂਦੀ ਹੈ। ਪਰ ਤੁਸੀਂ ਜੇ ਕਾਇਮ ਹੋਏ, ਤੁਹਾਡੀ ਬੈਟਰੀ ਚਾਰਜ ਹੋਈ, ਫੋਨ ਤੁਹਾਡਾ ਵਧੀਆ ਹੋਇਆ, ਦਿਮਾਗ ਤੁਹਾਡਾ ਵਧੀਆ ਹੋਇਆ, ਬੈਟਰੀ ਤੁਹਾਡੀ ਚਾਰਜ ਹੋਈ, ਤੇ ਡੰਡੇ ਸਾਰੇ ਹੀ ਆ ਜਾਣੇ। ਉਹ ਹਰ ਜਗ੍ਹਾ ਹੈ, ਦੇਖਦਾ ਨਹੀਂ, ਏਦਾਂ ਨਹੀਂ ਵੀ ਇੱਥੇ ਆਊ ਤੇ ਇੱਥੇ ਨਹੀਂ ਆਊ, ਇੱਥੋਂ ਹਰ ਜਗ੍ਹਾ ਹੈ, ਹਰ ਥਾਂ ਹੈ। ਇਹਦੇ ਐਗਜ਼ਾਮਪਲ ਹੈ ਨਾ ਵੀ ਨੈੱਟ ਤੇ ਚਲੋ ਕਈ ਤੰਗਾਂ ਨਹੀਂ ਵੀ ਹੋ ਸਕਦਾ, ਪਰ ਸੱਚਾ ਗਿਆਨ ਤੇ ਹਰ ਜਗ੍ਹਾ ਹਰ ਵੇਲੇ ਹਰ ਥਾਂ ਹੈ, ਗੁਰਬਾਣੀ ਨੇ ਉਹਦੇ ਵੱਲ ਇਸ਼ਾਰਾ ਕੀਤਾ ਹੈ। ਤੇ ਸ਼ਬਦ ਦੀ ਵਿਚਾਰ ਆਪਾਂ ਕਰ ਰਹੇ ਹਾਂ ਜਿਹੜੀ ਸ਼ੁਰੂ ਕਰ ਲਈਏ ਮੈਂ, ਮਲਾਰ ਰਾਗ ਦਾ ਪਹਿਲੇ ਪਾਤਸ਼ਾਹ ਦਾ ਸ਼ਬਦ ਹੈ, ਕਰੋ ਬਿਨੋ ਗੁਰ ਆਪਣੇ ਪ੍ਰੀਤਮ, ਹਰ ਵਾਰ ਆਣ ਮਿਲਾਵੈ। ਹਰੀ ਵਰ ਜੀਵ ਰੂਪ ਇਸਤਰੀ ਕਹਿੰਦੀ ਹੈ, ਵਰ ਮਿਲੇ, ਜਿਵੇਂ ਕਿ ਇਸਤਰੀ ਦੀ ਇੱਛਾ ਹੁੰਦੀ ਹੈ ਮੇਰਾ ਪਤੀ ਮਿਲੇ, ਸਾਡਾ ਕੋਈ ਹੋਵੇ, ਮੇਰੇ ਸੁਪਨਿਆਂ ਦਾ ਸ਼ਹਿਜ਼ਾਦਾ ਕਹਿ ਲਈਏ,
ਜਾਂ ਕੋਈ ਇਦਾਂ ਕਲਪਨਾ ਕਰਦੀ ਹੈ ਨਾ ਇੱਥੇ ਪਾਤਸ਼ਾਹ ਕਹਿੰਦੇ ਐ ਕੋਈ ਵਰ ਜਿਹੜਾ ਜੀਵ ਰੂਪ ਇਸਤਰੀ ਮੈਨੂੰ ਚਾਹੀਦਾ ਮੈਨੂੰ ਮਿਲੇ ਸੁਣ ਘਣ ਘੋਰ ਸੀਤਲ ਮਨ ਮੋਰਾ ਲਾਲ ਰੱਤੀ ਗੁਣ ਗਾਵੇ ਉਹਦੇ ਰੰਗ ਵਿੱਚ ਰੰਗੀਚ ਕੇ ਰੰਗੇ ਰੰਗ ਕੇ ਆਨੰਦਿਤ ਹੋ ਕੇ ਮੈਂ ਜਦੋਂ ਉਹ ਘਣ ਘੋਰ ਜਿਵੇਂ ਮੋਰ ਨਹੀਂ ਨੱਚਦੇ ਹੁੰਦੇ ਜਦੋਂ ਕਦੇ ਜ਼ਿਆਦਾ ਗੂੜੇ ਬੱਦਲ ਆ ਜਾਣ ਤੇ ਕਹਿੰਦੇ ਨਜ਼ਾਰਾ ਆ ਜਾਏ ਯਾਰ ਵੇਖੋ ਮੀਂਹ ਤੇ ਮਾੜਾ ਮੋਟਾ ਜਾਂ ਕਿਤੇ ਥੋੜੀਆਂ ਜਿਹੀਆਂ ਕਣੀਆਂ ਆ ਜਾਣ ਨਜ਼ਾਰਾ ਦੇ ਦਿੰਦੀਆਂ ਜਿੱਦਣ ਪੂਰਾ ਬੱਦਲ ਹੋਵੇ ਤੇ ਹੋਵੇ ਵੀ ਗੂੜਾ ਅਗਲੇ ਇਹ ਪੂਰਾ ਘੁਲਿਆ ਪਿਆ ਕਈ ਵਾਰੀ ਆਪਾਂ ਕਹਿੰਦੇ ਵੀ ਅੱਜ ਤੇ ਬੱਦਲ ਘੁਲਿਆ ਪਿਆ ਇਹ ਨਹੀਂ ਹਟਦਾ ਅੱਜ ਹੁਣੇ ਤੇ ਲਾਊ ਸਾਰਾ ਦਿਹਾੜੀ ਲਾਊ ਇਹ ਹਟਣ ਵਾਲਾ ਨਹੀਂ ਮੀਂਹ ਇਦਾਂ ਕਹਿੰਦੇ ਸੁਣ ਘਨ ਘੋਰ ਸੀਤਲ ਮਨ ਮੋਰਾ ਲਾਲ ਰੱਤੀ ਗੁਣ ਗਾਵਾ ਮੈਂ ਰੰਗੀਚ ਕੇ ਉਹਦੇ ਰੰਗ ਵਿੱਚ ਮੈਂ ਉਹਦੇ ਗੁਣ ਗਾਵਾਂ ਆਨੰਦਿਤ ਹੋਵਾਂ ਸ਼ਿਰਸ਼ਾਰ ਹੋਵਾਂ ਵਰਸ ਰਵੇ ਵਰਸੇ ਮੈਂ ਬੇਨਤੀ ਕਰਦਾ ਵੀ ਮੈਨੂੰ ਉਹ ਗਿਆਨ ਉਹ ਸਮਝ ਮਿਲੇ ਇਹ ਤਿਆਰੀ ਹੈ ਚੇਤਾ ਰੱਖਿਓ ਮੀਂਹ ਪੈ ਰਿਹਾ ਸਾਡੀ ਤਿਆਰੀ ਹੈ ਇਦਾਂ ਤਿਆਰੀ ਗੁਰੂ ਨਾਨਕ ਵਾਲੀ ਚਾਹੀਦੀ ਹੈ ਤਾਂ ਫਿਰ ਹਰ ਜਗ੍ਹਾ ਬੋਲਣ ਲੱਗ ਜੂ ਹਰ ਦਰਖਤ ਬੋਲੂ ਹਰ ਪੱਤਾ ਬੋਲੂ ਹਰ ਕੀੜੀ ਗਿਆਨ ਦਊ ਹਰ ਚੀਜ਼ ਗਿਆਨ ਦਊ ਜੇ ਅਸੀਂ ਇਦਾਂ ਦੀ ਬਾਬੇ ਨਾਨਕ ਵਾਲੇ ਵਾਲੀ ਤਾਂਗ ਤੜਪ ਰੱਖਾਂਗੇ ਪੰਛੀ ਹੋਰ ਵੀ ਬੜੇ ਐ ਪਰ ਜਿੱਦਾਂ ਮੋਰ ਬੱਦਲਾਂ 'ਚ ਖਿੜਦਾ ਇੰਨਾ ਕੋਈ ਨਹੀਂ ਖਿੜਦਾ ਖਿੜਦੇ ਤੇ ਸਾਰੇ ਹੀ ਹੋਣਗੇ ਪਰ ਮਸ਼ਹੂਰ ਐ ਮੋਰ ਮੋਰ ਬਬੀਹੇ ਬੋਲਦੇ ਵੇਖ ਬੱਦਲ ਕਾਲੇ ਬੱਦਲਾਂ ਦਾ ਗਰਜਣਾ ਬੱਦਲਾਂ ਦਾ ਘਣਘੋਰ ਹੋਣਾ ਉਹ ਨਜ਼ਾਰਾ ਦੇ ਦਿੰਦਾ ਮੋਰ ਨੂੰ ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਐ ਇਹ ਇੱਛਾ ਬਣੇ ਬਸ ਅੰਦਰ ਵੀ ਤੜਪ ਬਣੇ ਹੈ ਸਾਰੇ ਪਾਸੇ ਹੀ ਹੈ ਤੇ ਘਣਘੋਰ ਹਰ ਵੇਲੇ ਹੈ ਕਦੀ ਕਦੀ ਨਹੀਂ ਹੁੰਦਾ ਹਰ ਵੇਲੇ ਰਹਿੰਦਾ ਕਹਿੰਦੇ ਇਹ ਇੱਛਾ ਰੱਖਿਆ ਕਰ ਇਹ ਬੇਨਤੀ ਕਰ ਮਤਲਬ ਅੰਦਰ ਚਾਹਨਾ ਇੱਕ ਬੇਨਤੀ ਮਤਲਬ ਤੜਪ ਪੈਦਾ ਕਰ ਐਦਾਂ ਕਰਨੀ ਨਹੀਂ ਕਿਤੇ ਤੜਪ ਪੈਦਾ ਕਰਨੀ ਹੋਈ ਬੇਨਤੀ ਹੈ ਕਈ ਵਾਰੀ ਸਾਡਾ ਰੋਮ ਰੋਮ ਬੇਨਤੀ ਕਰਦਾ ਹੈ ਪਿਆਸ ਲੱਗੀ ਹੋਵੇ ਮੂੰਹ ਤੋਂ ਬੋਲਣ ਦੀ ਲੋੜ ਨਹੀਂ ਇੱਕ ਇੱਕ ਰੋਮ ਰੋਮ ਤੜਫ ਰਿਹਾ ਹੁੰਦਾ ਹੈ ਭੁੱਖ ਲੱਗੀ ਹੋਵੇ ਨਾ ਤੇ ਅਸੀਂ ਨਹੀਂ ਕਹਿੰਦੇ ਤੇ ਅੱਜ ਖੋ ਪੈਂਦੀ ਹੈ ਬੋਲ ਕੇ ਨਾ ਕਹੋ ਪਰ ਉਹ ਤੇ ਰੋਮ ਅੰਦਰ ਵਾਲਾ ਖੋ ਪੈ ਜਾਣ ਲੱਗ ਜਾਂਦਾ ਜਿਵੇਂ ਕੋਈ ਅੰਦਰ ਕੁਤਰਦਾ ਨਹੀਂ ਹੁੰਦਾ ਚੂਹੇ ਕੁਤਰਦੇ ਨੇ ਬੰਦਾ ਇੱਦਾਂ ਹੋ ਜਾਂਦਾ ਹੈ ਉਹ ਇੱਕ ਆਟੋਮੈਟਿਕ ਬੇਨਤੀ ਹੈ ਕਹਿਣ ਦੀ ਲੋੜ ਨਹੀਂ ਉਹ ਤੇ ਰੋਮ ਰੋਮ ਕਰਦਾ ਨਾ ਇੱਥੇ ਜਿਹੜਾ ਗੁਰੂ ਨਾਨਕ ਕਹਿੰਦੇ ਆ ਵੀ ਜਦੋਂ ਬੰਦਾ ਰੋਮ ਰੋਮ ਵਿੱਚ ਇੱਛਾ ਰੱਖਦਾ ਨਾ ਉਹ ਤੇ ਹੈਗਾ ਹੀ ਹੈ ਇਹ ਤਰੀਕਾ ਸਿਖਾਉਂਦੇ ਆ ਵੀ ਐ ਨਾ ਇੱਕ ਤਾਂਗ ਪੈਦਾ ਕਰ ਵਰਸ ਕਨਾ ਮੇਰਾ ਮਨ ਪੀਣਾ ਕਰ ਵਰਖਾ ਹੇ ਗੁਰੂਆ ਹੇ ਗਿਆਨ ਇਸ਼ਾਰਾ ਉਹ ਇੱਕ ਬੇਨਤੀ ਰੂਪ ਚ ਮਤਲਬ ਤੜਫ ਪੈਦਾ ਕਰਕੇ ਕਹਿ ਵੀ ਕਰ ਵਰਖਾ ਪੈ ਜਾ ਅਸੀਂ ਕਈ ਵਾਰੀ ਕਹਿੰਦੇ ਨੇ ਬੱਦਲਾ ਵਰ ਜਾ ਕਈ ਵਾਰੀ ਕਹਿੰਦੇ ਨਾ ਆਪਾਂ ਜਦੋਂ ਮੀਂਹ ਨਹੀਂ ਪੈਂਦਾ ਤੇ ਆਪਾਂ ਕਈ ਵਾਰੀ ਕਹਿੰਦੇ ਆ ਪੈ ਜਾ ਯਾਰ ਵਰ ਜਾ ਕਹਿੰਦੇ ਉਦਾਂ ਫਿਰ ਕਹਿ ਰਹੇ ਨੇ ਵੀ ਹੇ ਗੁਰੂ ਹੇ ਗਿਆਨ ਰੂਪ ਵਿੱਚ ਫੈਲਿਆ ਹੋਇਆ ਜਿਹੜਾ ਪੈ ਜਾ ਮੇਰੇ ਤੇ ਮੈਨੂੰ ਵੀ ਅਗਲ ਆ ਜਾਏ ਮੈਨੂੰ ਵੀ ਸਮਝ ਆ ਜਾਏ ਵਰਸ ਕਨਾ ਮੇਰਾ ਮਨ ਪੀਨਾ ਮੇਰਾ ਮਨ ਭਿੱਜ ਜਾਏ ਅੰਮ੍ਰਿਤ ਬੂੰਦ ਸੁਹਾਨੀ ਹੀ ਰਹਿ ਗੁਰਮੋਹੀ ਮਨ ਹਰ ਰਸ ਦੀਨਾ ਮੇਰਾ ਮਨ ਐਸਾ ਗੁਰੂ ਨੇ ਮੋਹ ਲਿਆ ਅੰਮ੍ਰਿਤ ਬੂੰਦ ਪੀ ਕੇ ਨਾ ਮੈਨੂੰ ਬੜਾ ਸਵਾਦ ਆਉਂਦਾ ਬੜਾ ਨਜ਼ਾਰਾ ਆਉਂਦਾ ਠੰਡ ਪੈਂਦੀ ਹੈ ਸੁੱਖ ਮਿਲਦਾ ਸੁਹਾਨੀ ਕਹੀਏ ਮਤਲਬ ਮੈਨੂੰ ਬੜਾ ਸੁੱਖ ਜਿਹਾ ਮਿਲਦਾ ਜਦੋਂ ਅੰਮ੍ਰਿਤ ਬੂੰਦ ਮੈਨੂੰ ਗਿਆਨ ਮਿਲਦਾ ਸਮਝ ਮਿਲਦੀ ਹੈ ਨਜ਼ਾਰਾ ਆਉਂਦਾ ਚੇਤਾ ਰੱਖਿਓ ਅੰਮ੍ਰਿਤ ਦਾ ਗਾਹਕ ਵਿਰਲਾ ਵਿਰਲਾ ਅੰਮ੍ਰਿਤ ਦਾ ਗਾਹਕ ਵਿਰਲਾ ਵਿਰਲਾ ਹੈ ਗਿਆਨ ਦਾ ਗਾਹਕ ਕਿਹੜਾ ਇੱਥੇ ਅੰਮ੍ਰਿਤ ਕੌੜਾ ਵਿਖਿਆ ਮਿੱਠੀ ਸਾਕਤ ਕੀ ਬਿੰਦ ਨੈਨੋ ਮਿੱਠੀ ਅੰਮ੍ਰਿਤ ਤੇ ਕੌੜਾ ਲੱਗਦਾ ਗਿਆਨ ਦੀਆਂ ਗੱਲਾਂ ਕਿਹਨੂੰ ਚੰਗਾ ਲੱਗਦੀਆਂ ਜਿਹੜਾ ਸਾਨੂੰ ਗਿਆਨ ਗਾ ਕੇ ਕੋਲੇ ਢਿੱਡ ਘਟਾ ਲਓ ਸਿਹਤ ਬਣਾ ਲਓ ਸਫਾਈ ਰੱਖਿਆ ਕਰੋ ਆਹ ਕੰਮ ਕਰਿਆ ਕਰੋ ਉਹ ਸਾਰਿਆਂ ਤੋਂ ਭੈੜਾ ਲੱਗੇਗਾ ਤੁਹਾਨੂੰ ਇਹ ਤੇ ਯਾਰ ਸਾਨੂੰ ਟੋਕੀ ਜਾਂਦਾ ਸਕੀਆਂ ਭੈਣਾਂ ਵੀ ਕਹਿਣਗੀਆਂ ਤੂੰ ਰਹਿਣ ਦਿਆ ਕਰ ਮੁੰਡਿਆ ਭਰਾਵਾ ਮੇਰਿਆ ਘਰੇ ਨਾ ਹੀ ਆਇਆ ਕਰ ਤੂੰ ਤੇ ਟੋਕੀ ਜਾਂਦਾ ਮੈਨੂੰ ਆ ਕੇ ਸੱਕੇ ਵੀ ਜਿਹੜੇ ਬਹੁਤ ਕਲੋਜ਼ ਨੇ ਉਹ ਵੀ ਭੈੜੇ ਲੱਗਦੇ ਨੇ ਮਾਂ ਵੀ ਪਿਓ ਵੀ ਭੈੜੇ ਲੱਗਦੇ ਨੇ ਤੇ ਗਿਆਨ ਦੇਣ ਚੰਗੀਆਂ ਗੱਲਾਂ ਕਰਨ ਅੰਮ੍ਰਿਤ ਲੱਗਦਾ ਤੇ ਕੌੜਾ ਹੈ ਗਿਆਨ ਕਿੱਥੇ ਚੰਗਾ ਲੱਗਦਾ ਕਮਲਿਆਂ ਵਾਲੀਆਂ ਗੱਲਾਂ ਡੱਫਰਾਂ ਵਾਲੀਆਂ ਗੱਲਾਂ ਚੰਗੀਆਂ ਲੱਗਦੀਆਂ ਤੁਸੀਂ ਨੋਟ ਕਰਕੇ ਵੇਖਿਓ ਮੁੰਡੇ ਮੁੰਡੇ ਇਕੱਠੇ ਬੈਠੇ ਹੋ ਪੰਜ ਚਾਰ ਸਿੰਘ ਬੈਠੇ ਹੋ ਅੱਛਾ ਯਾਰ ਇੱਕ ਨਾ ਦੇਖੋ ਸ਼ਬਦ ਹੈ ਕਦੇ ਤੁਸੀਂ ਵਿਚਾਰ ਕੀਤੀ ਕਦੇ ਕਈ ਚਲਾਉਂਦੇ ਹੋ ਮੁਕੰਮ ਅੱਛਾ ਇੱਕ ਸ਼ਬਦ ਕਿਵੇਂ ਹੈ ਮਤਲਬ ਜਪਜੀਤ ਸਾਹਿਬ ਚਾਹ ਆਉਂਦਾ ਐਂ ਕਦੇ ਨਜ਼ਾਰਾ ਜਿਹਾ ਆਇਆ ਪਰ ਜੀ ਹੈ ਉਹ
ਇਹੋ ਜਿਹੀਆਂ ਗੱਲਾਂ 'ਚ ਕਿਵੇਂ ਨਜ਼ਾਰਾ ਆਉਂਦਾ? ਕੋਈ ਛੇੜ ਲਓ, ਕਿਤੇ ਬੈਠਿਆਂ ਨੂੰ ਛੇੜ ਲਓ, ਸਾਰੇ ਬੰਦਿਆਂ ਦਾ ਇਹ ਹਾਲ ਹੈ। ਜਿੱਦਾਂ ਨਾ ਕੋਈ ਹੋਰ ਹੀ ਗੱਲ ਜੀ ਹੋਵੇ, ਇਹ ਕੰਨ ਅੱਛਾ ਅੱਛਾ ਦੱਸੀ 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 ਦੱਸਦੇ ਯਾਰ, ਕਾਹਨੂੰ ਖਿੱਚ ਪੈ ਜਾਵੇ। ਉਹ ਬੰਦਾ ਕਵੇ ਘਰੇ ਆ ਫਿਰ ਦੱਸੂ, ਬੰਦਾ ਇਹ ਨਹੀਂ ਪਤਾ ਰਾਤ ਨੂੰ 10 ਵਜੇ ਮੋਟਰਸਾਈਕਲ ਚੱਕ ਕੇ ਸੁਣ ਜਾਵੇ। ਸੁਣ ਕੇ ਆਈਏ ਗੱਲ ਕੀ ਹੈ, ਨਜ਼ਾਰਾ ਆਉਂਦਾ। ਤੇ ਗਿਆਨ ਦੀਆਂ ਗੱਲਾਂ ਵਾਸੀਆਂ, ਕਿਸੇ ਦੀ ਲੱਤ ਫੜ ਲਈ, ਉਹ ਜਿਵੇਂ ਉਹ ਹੈ ਨੀ ਗੁਰਚੇਤ ਦੀ ਗੱਲ ਆਈ ਸੀ, ਕਹਿੰਦਾ ਬਾਬਾ ਕਿਸੇ ਦੀ ਲੱਤ ਫੜਦੇ, ਕਿਸੇ ਦੀ ਬਾਂਹ, ਤਾਂ ਨਜ਼ਾਰਾ ਹੀ ਨਹੀਂ ਆਇਆ। ਤੇ ਸਾਰੇ ਪਿੰਡ ਦੀਆਂ ਚੁਗਲੀਆਂ ਕਰਦੇ, ਤੈਨੂੰ ਪਤਾ ਹੈ? ਘਰ ਵਾਲੇ ਨੂੰ ਆ ਕੇ ਦੱਸਦੀ ਵਿਦਵਾਨ ਸੁਣ ਕੇ ਆਈ ਹੈ, ਤੈਨੂੰ ਪਤਾ ਹੈ ਫਲਾਣੇ ਨਾਲ ਕੀ ਬਣਿਆ, ਫਲਾਣੇ ਦੇ ਕੁੜੀ ਦੀ ਗੱਲ। ਚੁਗਲੀਆਂ ਦਾ ਸਵਾਦ ਕਿੰਨਾ ਆਉਂਦਾ, ਚੁਗਲੀਆਂ ਦਾ ਬੜਾ ਨਜ਼ਾਰਾ ਆਉਂਦਾ। ਬੰਦਿਆਂ ਨੂੰ ਹੋਰ ਤਰ੍ਹਾਂ ਦੇ ਨਜ਼ਾਰੇ ਨੇ, ਪਰ ਹੈਗੇ ਉਹੋ ਜਿਹੀਆਂ ਗੱਲਾਂ 'ਚ ਹੀ ਆਉਂਦੇ ਨੇ। ਇੱਥੇ ਬੈਠੇ ਰਹੋ ਭਾਵੇਂ ਘੰਟਾ ਦੋ ਘੰਟੇ 'ਚ, ਅੱਛਾ ਯਾਰ ਹੁਣ 8 ਵੱਜ ਗਏ, ਹੁਣ 9 ਸਾਢੇ 5, ਚਲੋ ਜੀ ਹੁਣ 4 ਦਿਨ ਮੁੱਜਾ। ਤੇ ਆਹ ਜਿਹੜਾ ਸਿਸਟਮ ਹੈ ਜਿਹੜਾ ਹਰ ਵੇਲੇ ਸਾਡਾ ਚੱਲਣਾ, ਉਹ ਫਿਰ ਹੁੰਦਾ ਵੀ ਯਾਰ ਆ ਜਾ ਆ ਜਾ, ਫਿਰ ਗੱਲਾਂ 'ਚ ਇੰਨਾ ਨਜ਼ਾਰਾ ਆਉਂਦਾ, ਕਹਿੰਦਾ ਇੱਥੇ ਹੀ ਪੈ ਜਾ ਯਾਰ, ਤੂੰ ਮੇਰੇ ਕੋਲ ਹੀ ਬਹਿ ਕੇ ਇੱਥੇ ਹੀ ਕਰੀ ਜਾ। ਪਰ ਸਵਾਦ ਜਿਹਾ ਆਉਂਦਾ ਉਹਨਾਂ ਚੀਜ਼ਾਂ 'ਚ, ਨਜ਼ਾਰਾ ਬੜਾ ਆਉਂਦਾ, ਕਿੱਥੇ ਚੰਗਾ ਲੱਗਦਾ ਯਾਰ। ਕਹਿੰਦੇ ਮੇਰਾ ਮਨ ਮੋਹਿਆ ਗਿਆ ਬਈ, ਸਵਾਦ ਬਹੁਤ ਆਉਂਦਾ। ਹਾਂਜੀ ਲੋ ਅਗਲੀਆਂ ਪੰਕਤੀਆਂ ਬੋਲ ਕੇ ਸੁਣ ਲਓ। ਅੰਮ੍ਰਿਤ ਬੂੰਦ ਸੁਹਾਨੀ ਹੈ ਰੇ ਗੁਰਮੋਹੀ, ਮਨ ਹਰ ਰਸ ਲੀਨਾ, ਮੋਹਿਆ ਗਿਆ ਮਨ। ਹਾਂਜੀ ਸਹਿਜ ਸੁਖੀ ਵਰ ਕਾਮਣ ਪਿਆਰੀ, ਜਿਸ ਗੁਰ ਬਚਨੀ ਮਨ ਮਾਨਿਆ। ਉਹ ਬੰਦਾ, ਉਹ ਜੀਵ ਰੂਪ ਇਸਤਰੀ, ਉਹ ਬੰਦਾ ਬੜਾ ਨਜ਼ਾਰੇ 'ਚ ਰਹਿੰਦਾ ਹੈ, ਉਹ ਚੰਗਾ ਸਵਾਦ ਲੈਂਦਾ, ਜਿਹਨੂੰ ਚੰਗਾ ਲੱਗਣ ਲੱਗ ਜਾਂਦਾ। ਪਰ ਸਹਿਜ ਸੁਖੀ, ਸਹਿਜ 'ਚ ਆਪਣੇ ਰੰਗ 'ਚ ਰਹਿਣ ਲੱਗ ਜਾਂਦਾ, ਗੁਰ ਬਚਨੀ ਮਨ ਮਾਨਿਆ, ਗੁਰੂ ਦੇ ਗਿਆਨ ਨੂੰ ਮੰਨਣ ਲੱਗ ਜਾਂਦਾ ਮਨ, ਜਿਹਦਾ ਪ੍ਰੈਕਟੀਕਲ ਕਰਦਾ, ਕਮਾਈ ਕਰਦਾ, ਜ਼ਿੰਦਗੀ 'ਚ ਲਾਗੂ ਕਰਦਾ, ਉਹ ਫਿਰ ਖੁਸ਼ ਖੁਸ਼ ਰਹਿਣ ਲੱਗ ਜਾਂਦਾ। ਹਾਂਜੀ ਹਰ ਵਰਨਾ ਪਈ ਸੁਹਾਗਣ, ਮਨ ਤਨ ਪ੍ਰੇਮ ਸੁਖਾਨਿਆ। ਬਸ ਉਹ ਐਸਾ ਵਰ ਮਿਲਿਆ, ਭਾਗਾਂ ਵਾਲੀ ਹੋ ਗਈ ਜੀਵ ਰੂਪ ਇਸਤਰੀ, ਤਨ ਮਨ ਪ੍ਰੇਮ ਵਿੱਚ ਰੰਗਿਆ ਗਿਆ, ਸੁਖੀ ਹੋ ਗਿਆ, ਨਜ਼ਾਰਾ ਆ ਗਿਆ, ਜ਼ਿੰਦਗੀ ਸੋਹਣੀ ਬਣ ਗਈ। ਤੇ ਹੁਣ ਹੋਇਆ ਕੀ ਹੈ ਜੀ, ਗਿਆਨ ਤੇ ਆ ਗਿਆ, ਤੇ ਗਲਤੀਆਂ ਜਿੰਨੀਆਂ ਆਪਣੀਆਂ ਸੀ, ਕਮੀਆਂ ਸੀ, ਕੱਢਤੀਆਂ ਸਾਰੀਆਂ ਗਲੀਆਂ ਪੰਗਤੀਆਂ। ਅਵਗੁਣ ਤਿਆਗ ਪਈ ਬੈਰਾਗ, ਅਸਥਿਰ ਵਰ ਸੁਹਾਗ ਹਰੀ। ਕਹਿੰਦੇ ਔਗਣ ਤਿਆਗ ਕੇ ਸਦਾ ਲਈ ਮਨ ਵਿਰਾਗੀ ਹੋ ਗਿਆ, ਔਗਣ ਛੱਡਤੇ, ਗਲਤੀਆਂ ਛੱਡਤੀਆਂ ਆਪਣੀਆਂ, ਕਮੀਆਂ ਛੱਡਤੀਆਂ, ਮਨ ਸਦਾ ਲਈ ਵਿਰਾਗੀ ਹੋ ਗਿਆ, ਰੰਗ 'ਚ ਹੋ ਗਿਆ। ਜਿੰਨੀਆਂ ਕਮੀਆਂ ਜੀਆਂ ਸੀ ਆਪਣੀਆਂ, ਅਕਲ ਲੈ ਕੇ ਤੇ ਉਹ ਸਮਝ ਲੈ ਕੇ, ਗਿਆਨ ਲੈ ਕੇ, ਔਗਣ ਆਪਣੇ ਤਿਆਗ ਤੇ, ਅਸਥਿਰ ਵਰ ਸੁਹਾਗ ਹਰੀ। ਕਹਿੰਦੇ ਸਦਾ ਰਹਿਣ ਵਾਲਾ ਵਰ ਮਿਲ ਗਿਆ, ਹਰ ਥਾਂ ਰਹਿਣ ਵਾਲਾ ਵਰ ਮਿਲ ਗਿਆ, ਸਦਾ ਪੈਣ ਮੀਂਹ ਪੈਂਦਾ ਰਹਿੰਦਾ, ਜਿਹੜਾ ਉਹਦੇ ਨਾਲ ਸੰਬੰਧ ਹੋ ਗਿਆ। ਹੁਣ ਟੂਟੀਆਂ ਦੇ ਮਥਾਜ ਨੂੰ ਝਰਨਿਆਂ ਦਾ ਸਵਾਦ ਆਉਂਦਾ, ਜਦੋਂ ਮਰਜ਼ੀ ਨਾਲ ਉਹ ਹਰ ਵੇਲੇ ਵਗਦਾ। ਸਾਡੇ 'ਚ ਨਲੇਕੀ ਹੋ ਸਕਦੀ ਹੈ ਵੀ ਉੱਠ ਕੇ ਨਾਤਾ ਨਾ ਜਾਏ, ਪਰ ਝਰਨਾ ਤੇ ਵਗਦਾ ਹੈ। ਸਾਨੂੰ ਆਲਸ ਹੋ ਜਾਵੇ, ਛੱਡ ਕਿਹੜਾ ਕੱਪੜੇ ਲਾਵੇ, ਕਿਹੜਾ ਨਾਵੇ, ਸਾਡੇ 'ਚ ਆਲਸ ਹੋ ਸਕਦਾ, ਝਰਨਾ ਤੇ ਵਗ ਰਿਹਾ। ਹਾਂਜੀ ਸੋਗ ਵਿਜੋਗ ਤਿਸ ਕਦੇ ਨਾ ਵਿਆਪੈ, ਹਰ ਪ੍ਰਭ ਆਪਣੀ ਕਿਰਪਾ ਕਰੀ। ਸੋਗ ਤੇ ਆਉਂਦਾ ਹੀ ਨਹੀਂ ਕਦੇ, ਤੇ ਵਿਛੋੜਾ ਕਾਹਦਾ ਪੈਣਾ। ਹੁਣ ਆਪਣਾ ਐਸੀ ਕਿਰਪਾ ਹੋਈ ਹੈ, ਨਜ਼ਾਰਾ ਹੀ ਨਜ਼ਾਰਾ ਬਣ ਗਿਆ। ਕਹਿੰਦੇ ਐਸੀ ਆਪਣੀ ਕਿਰਪਾ ਬਣ ਗਈ ਪਰਮਾਤਮਾ ਦੀ, ਉਹ ਸਰਬ ਵਿਆਪੀ ਦੀ, ਐਸਾ ਨਜ਼ਾਰਾ ਆ ਗਿਆ। ਕਹਿੰਦੇ ਸੋਗ ਵਿਜੋਗ ਖਤਮ ਹੀ ਹੋ ਗਿਆ। ਹਾਂਜੀ ਅਗਲੀਆਂ ਪੰਕਤੀਆਂ ਲਾਸਟ। ਆਵਣ ਜਾਣ ਨਹੀਂ ਮਨ ਨੇ ਚਲੇ, ਪੂਰੇ ਗੁਰ ਕੀ ਓਟ ਗਹੀ, ਨਾਨਕ ਰਾਮ ਨਾਮ ਜਪ ਗੁਰਮੁਖ, ਤਨ ਸੁਹਾਗਣ ਸੱਚ ਸਹੀ। ਕਹਿੰਦੇ ਆਉਣੀ ਜਾਣੀ ਖਤਮ ਹੋ ਗਈ। ਆਉਣੀ ਜਾਣੀ ਦਾ ਅਰਥ ਆਪਾਂ ਕਿੰਨੀ ਵਾਰੀ ਕਰਦੇ ਹਾਂ, ਭਟਕਣਾ। ਆਉਣਾ ਜਾਣਾ ਮਤਲਬ ਭਟਕਣਾ ਖਤਮ ਹੋ ਗਈ, ਮਨ ਨਿਸ਼ਚਲ ਹੋ ਗਿਆ, ਅਸਥਿਰ ਹੋ ਗਿਆ, ਗਿਆਨ ਦੀ ਓਟ ਲੈ ਲਈ, ਪੂਰੇ ਗੁਰ ਕੀ ਓਟ ਗਈ, ਨਾਨਕ ਰਾਮ ਨਾਮ ਜਪ ਗੁਰਮੁਖ,
ਧੰਨ ਸੁਹਾਗਣ ਸੱਚ ਸਹੀ ਕਹਿੰਦੇ ਸਹੀ ਅਰਥਾਂ ਦੇ ਵਿੱਚ ਸੁਹਾਗਣ ਬਣ ਗਈ ਜਦੋਂ ਗੁਰੂ ਦੁਆਰਾ ਜਪ ਮੀਂਜ ਸਮਝ ਕੇ ਰਮੇ ਨੂੰ ਸਮਝ ਕੇ ਰਮੇ ਨੂੰ ਗਿਆਨ ਲੈ ਕੇ ਰਮੇ ਨੂੰ ਸਮਝ ਕੇ ਕਹਿੰਦੇ ਜਦੋਂ ਜੀਵਨ ਬਦਲਿਆ ਤੇ ਸਹੀ ਅਰਥਾਂ ਦੇ ਵਿੱਚ ਸੁਹਾਗਣ ਹੋ ਗਈ ਗੱਲਾਂ ਗੱਲੀ ਅਸੀਂ ਚੰਗੀਆਂ ਚਾਰੀ ਬੁਰੀਆਂ ਉਹਦੇ ਬਥੇਰੀਆਂ ਪਰ ਅਸਲ ਸੁਹਾਗਣ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹੋ ਗਈ ਜਦੋਂ ਗਿਆਨ ਲੈ ਕੇ ਸਮਝ ਦੇ ਰਾਹ ਤੇ ਤੁਰੀ ਦਿਮਾਗ ਖੋਲ ਲਿਆ ਔਗਣ ਕੱਢ ਤੇ ਆਪਣੇ ਉਹ ਜੀਵ ਰੂਪ ਇਸਤਰੀ ਭਾਗਾਂ ਵਾਲੀ ਹੋ ਗਈ